ਲੋਕੀ ਕਹਿੰਦੇ ਤੂੰ ਕਿਉਂ ਜਾਣਾ ਰਹਿੰਦਾ ਉੱਥੇ ਸੇਵਾ ਕਰ, ਮੈਂ ਕਿਹਾ ਸੇਵਾ ਤੁਸੀਂ ਨਹੀਂ ਕਰ ਸਕਦੇ ਤੇ ਮੈਂ ਕਰੂੰਗਾ ਜੀ। ਅਰੇ ਤੈਨੂੰ ਰੋਕਦੇ ਨੇ? ਹਾਂ ਯਾਰ ਕੀ ਬਾਤ ਹੈ ਯਾਰ। 5 ਵਜੇ ਤੁਰਿਆ ਸੀ ਮੁੰਡਾ, 8 ਵਜੇ ਪਹੁੰਚਿਆ ਪੈਦਲ, ਔਰ ਦੇਖੋ ਕਿ ਕਿੰਨੀ ਸ਼ਰਧਾ ਇਸ ਵੀਰ ਦੀ। ਹੁਣ ਲੋਕਾਂ ਨੂੰ ਪੁੱਛੋ ਕੋਈ ਅਕਲਮੰਦਾਂ ਨੂੰ ਕਿ ਮੈਂ ਆਪਣੇ ਲਈ ਪੈਸੇ ਮੰਗ ਰਿਹਾ, ਆਹ ਮਰੀਜ਼ ਹੈ, ਇਹਨੂੰ ਆ ਕੇ ਸਿੱਧੇ ਜਾ ਕੇ ਤੁਸੀਂ ਇਹਦੇ ਇਲਾਜ ਕਰਾ ਕੇ ਪੈਸੇ ਦੇ ਦਿਓ ਇਹਨੂੰ, ਮੈਨੂੰ ਥੋੜ੍ਹੀ ਚਾਹੀਦੇ ਨੇ। ਤੂੰ ਚੰਗਾ ਕੰਮ ਕਰ, ਕੋਈ ਮੰਨਦੇ ਨਹੀਂ ਸੀਗਾ। ਅੱਛਾ ਵੀਡੀਓ ਦੇਖੀ ਫਿਰ ਆਪਣੀ? ਇਹ ਵੀਡੀਓ ਬੜੇ ਲੋਕਾਂ ਨੇ ਦੇਖੀ, ਬੜੀ ਦੁਨੀਆ ਨੇ ਸ਼ਾਬਾਸ਼ ਕੀਤਾ, ਕਹਿੰਦੇ ਯਾਰ ਮੁੰਡੇ ਦੀ ਸੋਚ। ਨਹੀਂ ਭਾਈ, ਮੈਂ ਤਾਂ ਇਹ ਵੀ ਕਿਹਾ ਕਿ ਮੇਰੇ ਲੋਕੀ ਮੈਨੂੰ ਕਹਿੰਦੇ ਤੂੰ ਪੈਸੇ ਖਾਂਦਾ ਕੁੜੀਆਂ ਨੂੰ ਬਰਬਾਦ ਕਰਦਾ ਨਾ, ਇਹ ਮੈਨੂੰ ਮਾਰਦੇ ਸੀਗੇ। ਇਹ ਕੌਣ ਕਹਿੰਦਾ ਤੂੰ ਕੁੜੀਆਂ ਦੇ ਬਰਬਾਦ ਕਰਦਾ? ਮੁੰਡੇ ਕਹਿੰਦੇ ਸੀਗੇ। ਕਿਉਂ ਕਹਿੰਦਾ ਤੂੰ ਮੁੰਡੇ ਬਣ ਕੇ ਤੂੰ ਕੁੜੀਆਂ ਪੈਸੇ ਮੋਬਾਈਲਾਂ 'ਤੇ ਪਵਾਉਂਦਾ ਸੀ? ਉਹ ਛੱਡਦੇ ਨੇ ਤੇਰੇ ਕੋਲ, ਮੈਂ ਤਾਂ ਛੱਡਦੇ ਨੇ, ਨਾਲੇ ਕਹਿੰਦੇ ਤੇਰੇ ਕੋਲ ਮੋਬਾਈਲ ਨਹੀਂ ਹੈਗਾ, ਉਹ ਨਹੀਂ ਹੈਗਾ, ਤੂੰ ਤੂੰ ਕਿੱਦਾਂ ਸੇਵਾ ਕਰ। ਮੇਰੇ ਇੱਕ ਬੰਦੇ ਦੀ ਹੋਰ ਸੇਵਾ ਆਉਣੀ ਸੀਗੀ, ਉਹ ਬੰਦਾ ਮਿਲਿਆ ਨਹੀਂ ਭਾਅ ਜੀ। ਅੱਛਾ, ਕੀ ਸ਼ੁਭ ਨਾਮ ਤੁਹਾਡਾ? ਸੋਨੂ ਨਾਮ ਆ। ਇਹ ਸੋਨੂ ਨਾਮ ਦਾ ਭਰਾ ਸਾਡਾ ਨਾ ਸਾਡੇ ਕੋਲ ਪਹਿਲਾਂ ਵੀ ਆਇਆ ਸੀ ਸੇਵਾ ਕਰਨ, ਇਹ ਵਿਚਾਰਾ ਪੈਦਲ ਆਉਂਦਾ ਬੜੀ ਦੂਰੋਂ, ਤੇ 10-10 ਰੁਪਏ 20-20 ਰੁਪਏ ਜੋੜ ਕੇ ਆਪਣੇ ਆਪਣੀ ਮਿਹਨਤ ਦੀ ਕਮਾਈ ਚੋਂ ਲੈ ਕੇ ਆਇਆ ਸੀ ਪਿਛਲੀ ਵਾਰੀ ਵੀ ਇੱਥੇ, ਅੱਜ ਫਿਰ ਆਇਆ ਮੁੰਡਾ। ਅੱਜ ਕਿੰਨੀ ਸੇਵਾ ਕੀਤੀ? 500 ਕੀਤੀ। ਓਏ ਹੋਏ, ਸ਼ਾਬਾਸ਼ ਮੁੰਡਾ, ਇਹ ਸਾਡਾ ਹੀਰਾ ਭਰਾ ਹੈ, ਤੇ ਪਿਛਲੀ ਵਾਰੀ ਦੀ ਵੀਡੀਓ ਪਾਈ ਸੀ, ਬੜੇ ਲੋਕਾਂ ਨੇ ਚੰਗਾ ਕਿਹਾ, ਮੈਨੂੰ ਤਾਂ ਕਿਸੇ ਨੇ ਮਾੜਾ ਨਹੀਂ ਕਿਹਾ। ਭਾਅ ਜੀ ਇੱਕ ਹੋਰ ਗੱਲ ਕਿ ਮੈਂ ਘਰ ਵਿੱਚ 8-10 ਹਜ਼ਾਰ ਦੀ ਕਹਿ ਕੇ ਗਿਆ ਸੀ, 10 ਹਜ਼ਾਰ ਰੁਪਇਆ ਕਮਾਉਣਾ, 2 ਹਜ਼ਾਰ ਰੁਪਇਆ ਮੈਂ ਖਾਂਦਾ ਤੇ ਵਿੱਚੋਂ 8 ਹਜ਼ਾਰ ਰੁਪਇਆ ਘਰਦਿਆਂ ਨੂੰ ਦਿੰਦਾ ਮੈਂ ਵੀ। ਹਾਂ, ਮੇਰੇ ਮੰਮੀ ਡੈਡੀ ਨੇ ਕੀ ਕਹਿੰਦਾ, ਮੇਰੇ ਡੈਡੀ ਲੰਗੜਾ ਕੇ ਤੁਰਦੇ ਨੇ, ਠੀਕ ਆ, ਤੂੰ ਵੀ ਹੁਣ ਕਰਕੇ ਕੰਮ ਕਰਦਾ। ਮੇਰੇ ਡੈਡੀ ਨੂੰ ਕਹਿੰਦੇ ਪਿੰਡ ਵਿੱਚ ਤੂੰ ਖਰਾਬੀ ਕਰਦਾ ਪਿਆ। ਉਹ ਸੜਦੇ ਨੇ ਲੋਕ, ਜਲ ਮੇਰੇ ਤੋਂ ਵੀ ਬੜਾ ਜੈਲਸ ਕਰਦੇ ਨੇ, ਮੈਨੂੰ ਤਾਂ ਕਹਿੰਦੇ ਨੇ ਤੂੰ ਪੈਸੇ ਖਾਂਦਾ। ਨਹੀਂ ਭਾਅ ਜੀ, ਇਹੀ ਗੱਲ ਨਾ, ਮੈਂ ਕਰਦੇ ਗੇਟ ਮਾਰੇ ਵੀ ਖੜਦਾ ਨਾ, ਲੋਕੀ ਕਹਿੰਦੇ ਤੂੰ ਕਿਉਂ ਜਾਣਾ ਰਹਿੰਦਾ ਉੱਥੇ ਸੇਵਾ ਕਰ, ਮੈਂ ਕਿਹਾ ਸੇਵਾ ਤੁਸੀਂ ਨਹੀਂ ਕਰ ਸਕਦੇ ਤੇ ਮੈਂ ਕਰੂੰਗਾ ਜੀ। ਅਰੇ ਤੈਨੂੰ ਰੋਕਦੇ ਨੇ? ਹਾਂ ਯਾਰ ਕੀ ਬਾਤ ਹੈ ਯਾਰ, ਵਿਚਾਰੇ ਤੂੰ ਆਪ ਨਾ ਸੇਵਾ ਕਰਨੀ ਨਾ ਕਿਸੇ ਨੂੰ ਕਰਨ ਦੇਣੀ। ਇੱਥੇ ਵਿਚਾਰੇ ਲੋਕ ਸਾਡੇ ਕੋਲ ਆਉਂਦੇ ਨੇ, ਵਿਚਾਰੇ ਲੋਕਾਂ ਦੇ ਇਲਾਜ ਨਹੀਂ ਹੋ ਰਹੇ, ਤੇ ਇਹ ਜੇ ਸੇਵਾ ਕਰਨ ਆਉਂਦਾ ਤੈਨੂੰ ਰੋਕਦੇ ਨੇ, ਬਸ ਤੈਨੂੰ ਚੰਗਾ ਲੱਗਦਾ ਇੱਥੇ ਆ ਕੇ? ਹਾਂ ਭਾਈ, ਚੰਗਾ ਲੱਗਦਾ। ਹੋਰ ਕੀ ਕਹਿਣਾ ਚਾਹੁੰਦਾ ਫਿਰ? ਭਾਅ ਜੀ ਇੱਕ ਹੋਰ ਗੱਲ ਕਿ ਮੈਂ ਕਿਸੇ ਦੇ ਗਰੀਬਾਂ ਦੀ ਰਾਸ਼ਨ ਦੀ ਵੀ ਸੇਵਾ ਵੀ ਇਕੱਠੀ ਵੀ ਕਰੂੰਗਾ, 8 ਵਾਰੀ 10। ਅੱਜ ਫਿਰ ਪੈਦਲ ਆਇਆ? ਹਾਂਜੀ। ਕਿੰਨੀ ਦੂਰੋਂ? ਬਾਜੜੇ ਤੋਂ ਫਿਰ ਪੈਦਲ ਆਇਆ। ਬਾਜੜੇ ਤੋਂ ਕਿੰਨਾ ਟਾਈਮ ਲੱਗ ਗਿਆ? 3-4 ਘੰਟੇ ਲੱਗ ਗਏ ਭਾਅ ਜੀ। ਉਹ ਤੁਹਾਡਾ ਕਿੰਨੇ ਵਜੇ ਤੁਰਿਆ ਸੀ? 5 ਵਜੇ। 5 ਵਜੇ ਤੁਰਿਆ ਸੀ ਮੁੰਡਾ, 8 ਵਜੇ ਪਹੁੰਚਿਆ ਪੈਦਲ ਪੈਦਲ, ਔਰ ਦੇਖੋ ਕਿ ਕਿੰਨੀ ਸ਼ਰਧਾ ਇਸ ਵੀਰ ਦੀ। ਔਰ ਯਾਰ ਕੀ ਬਾਤ ਹੈ ਨਾ, ਮਤਲਬ ਇੱਥੇ ਲੋਕ ਵਿਚਾਰੇ ਆਉਂਦੇ ਨੇ ਆਪਣੇ ਬੱਚਿਆਂ ਨੂੰ ਲੈ ਕੇ। ਇੱਧਰ ਆਈਓ ਵੀਰੇ, ਇੱਧਰ ਆਈਓ, ਇੱਧਰ ਆਈਓ। ਆਹ ਮੁੰਡਾ ਦੇਖੋ ਵਿਚਾਰਾ, ਦੇਖਣ ਵਾਲੀਆਂ ਚੀਜ਼ਾਂ ਨੇ, ਮਹਿਸੂਸ ਕਰਨ ਵਾਲੀ ਚੀਜ਼ਾਂ ਨੇ। ਕੋਈ ਗੱਲ ਨਹੀਂ ਭੈਣੇ, ਕੋਈ ਗੱਲ। ਆਹ ਮੁੰਡਾ ਹੈ, ਕੀ ਸ਼ੁਭ ਨਾਮ ਬਾਈ ਤੁਹਾਡਾ? ਗੁਰਪ੍ਰੀਤ ਸਿੰਘ। ਗੁਰਮੀਤ ਸਿੰਘ, ਲਾਉਂਗੇ ਮਾੜੀ ਟੋਪੀ। ਆਹ ਗੁਰਮੀਤ ਸਿੰਘ ਤੁਸੀਂ ਦੇਖ ਸਕਦੇ ਹੋ, ਅੱਜ ਤੋਂ 2 ਸਾਲ ਪਹਿਲਾਂ ਵਿਚਾਰਾ ਬਿਜਲੀ ਦੀ ਤਾਰਾਂ ਦੇ ਨਾਲ ਉਲਝਣ ਕਰਕੇ ਸਾਰੀ ਬੋਡੀ ਬਰਨ ਹੋ ਗਈ, ਬਾਂਹ ਚਲੀ ਗਈ, ਬਾਂਹ ਹੈ ਨਹੀਂ ਹੁਣ, ਅਤੇ ਇਹਦਾ ਇਲਾਜ ਚੱਲਿਆ ਇਸ ਐਨ ਜੀ ਓ ਵੱਲੋਂ, ਲੋਕਾਂ ਨੇ ਇਲਾਜ ਕਰਾਇਆ। ਇਹ ਬੰਦਾ ਰਾਤ ਨੂੰ ਸੌ ਵੀ ਨਹੀਂ ਪਾਉਂਦਾ ਸੀ, ਅੱਖ ਦਾ ਜਿਹੜਾ ਉੱਪਰਲਾ ਪੜਦਾ ਨਾ, ਇਹ ਜੁੜ ਗਿਆ ਸੀਗਾ ਉੱਪਰ, ਪਲਾਸਟਿਕ ਸਰਜਰੀ ਨਹੀਂ ਹੋਈ, ਅਤੇ ਇੱਥੋਂ ਇਹਦਾ ਇਲਾਜ ਚੱਲਿਆ ਸਾਰਾ। ਕਿੰਨੀ ਦੇਰ ਇੱਥੋਂ ਇਲਾਜ ਚੱਲਿਆ ਤੁਹਾਡਾ? 8ਵੇਂ ਮਹੀਨੇ 'ਚ ਆਇਆ ਸੀਗਾ ਵੀਰੇ, ਫਰੀਦਕੋਟ ਹੋਇਆ ਸੀਗਾ। 8ਵੇਂ ਮਹੀਨੇ ਤੋਂ ਲੈ ਕੇ ਹੁਣ ਤੱਕ ਸਾਰੀ ਦਵਾਈ ਫ੍ਰੀ ਚੱਲ ਰਹੀ ਤੁਹਾਨੂੰ? ਤੁਸੀਂ ਸੌ ਵੀ ਨਹੀਂ ਪਾਉਂਦੇ ਸੀ ਰਾਤ ਨੂੰ? ਨਹੀਂ ਵੀਰੇ। ਕਾਹਦੇ ਕਰਕੇ? ਅੱਖ ਬੰਦ ਨਹੀਂ ਹੁੰਦੀ ਸੀਗੀ ਵੀਰੇ। ਅਤੇ ਉਹ ਬੰਦ ਕਿਉਂ ਨਹੀਂ ਹੁੰਦੀ ਸੀ? ਮਤਲਬ ਖਿੱਚ ਪੈ ਗਈ ਸੀਗੀ ਸਾਰਾ ਜਲਣ ਕਰਕੇ। ਫਿਰ ਤੁਸੀਂ ਓਪਰੇਸ਼ਨ ਨਹੀਂ ਕਰਾਇਆ? ਦੇਖੋ ਓਪਰੇਸ਼ਨ ਸਾਡੇ ਮਾੜਾ ਜਿਹਾ ਇੱਥੇ ਉਂਗਲ 'ਤੇ ਕਿਤੇ ਸੜ ਜਾਵੇ ਨਾ, ਤਾਂ ਨੀਂਦ ਨਹੀਂ ਆਉਂਦੀ ਰਾਤ ਨੂੰ। ਦੇਖੋ ਬੰਦਾ ਵਿਚਾਰਾ ਕਿਵੇਂ ਬਿਨਾਂ ਇਲਾਜ ਤੋਂ ਕਿੱਦਾਂ ਰਾਤਾਂ ਕੱਟਦਾ ਹੋਣਾ, ਸਾਰਾ 24 ਘੰਟੇ ਅੱਖ ਖੁੱਲ੍ਹੀ ਰਹਿਣੀ। ਬਾਈ ਜੀ ਅੱਖਾਂ 'ਚੋਂ ਪਾਣੀ ਇੰਨਾ ਆਉਂਦਾ ਸੀਗਾ, ਪਰ ਹੁਣ ਵੀਰ ਠੀਕ ਹੈ। ਹੁਣ ਅਗਲਾ ਓਪਰੇਸ਼ਨ ਡਾਕਟਰ ਨੇ ਦੱਸਿਆ ਉਹ ਕਦੋਂ? ਹੁਣ 12 ਤਰੀਕ ਨੂੰ ਡਾਕਟਰ ਨੇ ਫਿਰ ਓਪਰੇਸ਼ਨ ਦੱਸਿਆ, ਹੁਣ ਇਹਨੂੰ ਫਿਰ ਪੈਸੇ ਚਾਹੀਦੇ ਨੇ। ਹੁਣ ਲੋਕਾਂ ਨੂੰ ਪੁੱਛੋ ਕੋਈ ਅਕਲਮੰਦਾਂ ਨੂੰ ਕਿ ਮੈਂ ਆਪਣੇ ਲਈ ਪੈਸੇ ਮੰਗ ਰਿਹਾ, ਆਹ ਮਰੀਜ਼ ਹੈ, ਇਹਨੂੰ ਆ ਕੇ ਸਿੱਧੇ ਜਾ ਕੇ ਤੁਸੀਂ ਇਹਦੇ ਇਲਾਜ ਕਰਾ ਕੇ ਪੈਸੇ ਦੇ ਦਿਓ ਇਹਨੂੰ, ਮੈਨੂੰ ਥੋੜ੍ਹੀ ਚਾਹੀਦੇ ਨੇ? ਨਹੀਂ, ਇੰਨਾ ਕੀ ਦਿਮਾਗ ਹੈ ਨਹੀਂ ਲੋਕਾਂ ਦਾ। ਕੀ ਕਹਿਣਾ ਚਾਹੇਂਗੇ ਐਸੇ ਲੋਕਾਂ ਬਾਰੇ? ਭਾਅ ਜੀ ਇਹੀ ਗੱਲ ਆ ਕਿ ਮੈਨੂੰ ਮੇਰੇ ਘਰ ਵਿੱਚ ਤਾਨੇ ਮਾਰਦੇ ਨੇ, ਮੇਰੀ ਮੰਮੀ ਮੈਨੂੰ ਵੀ ਕਹਿੰਦੀ ਤੂੰ ਸੇਵਾ ਕਰਦਾ ਕੱਢੀ ਚੱਲ,
ਮੈਂ ਲੋਕਾਂ ਨੇ ਕਹਿਣ ਤੇ ਨਾ ਚੱਲ, ਇਹ ਤਾਂ ਫਿਰ ਮਾਂ ਪਿਆਰ ਕਰ ਰਹੀ ਨਾ, ਤਾਂ ਥੋੜੀ ਮਾਰ ਰਹੀ ਹੈ, ਪਿਆਰ ਕਰ ਰਹੀ। ਚੱਲ ਸ਼ਾਬਾਸ਼। ਇਹ ਭਰਾ ਸਾਡਾ ਦੇਖੋ 3-4 ਘੰਟੇ ਪੈਦਲ ਤੁਰ ਕੇ ਆਇਆ ਇਹ ਬੰਦਾ 500 ਰੁਪਇਆ ਸੇਵਾ ਦੇਣ। ਕਿੰਨੀਆਂ ਦੁਆਵਾਂ ਤੁਸੀਂ ਦੇਖੋ ਤੁਹਾਡੇ ਲੋਕਾਂ 'ਤੇ, ਜਿਹੜੀਆਂ ਅਸੀਸਾਂ ਤੁਸੀਂ ਦੇਣੀਆਂ ਨਾ ਲੋਕਾਂ ਨੂੰ ਕਿ ਮਹਾਰਾਜ ਇਹਨਾਂ ਨੂੰ ਹੋਰ ਦੇਣ। ਬੈਠੋ ਤੁਸੀਂ, ਬੈਠੋ ਜਾਇਓ ਨਾ। ਦੇਖੋ ਵਿਚਾਰੀ ਕਿੰਨੀ ਸੋਹਣੀ ਤਸਵੀਰ ਹੈ ਇਨਸਾਨੀਅਤ ਦੀ ਕਿ ਹਰ ਬੰਦਾ ਕਹਿੰਦਾ, ਦੇਖੋ 500 ਰੁਪਏ ਦੀ ਗੱਲ ਇਹ ਨਹੀਂ ਛੋਟੀ ਵੱਡੀ ਨਹੀਂ, ਪਰ ਅੱਜ ਹਰ ਬੰਦਾ 500-1000 ਰੁਪਏ ਨੂੰ ਕੁਛ ਨਹੀਂ ਸਮਝਦਾ, ਪਰ ਜੇ ਕਿਤੇ ਹੈਲਪ ਕਰੋ ਲੋਕਾਂ ਦੀ ਯਾਰ, ਕਿਆ ਹੀ ਨਜ਼ਾਰਾ ਆ ਜਾਵੇ ਪੂਰਾ। ਬਹੁਤ ਬਹੁਤ ਧੰਨਵਾਦ, ਥੈਂਕ ਯੂ ਭਰਾ ਤੇਰਾ ਆਉਣ ਲਈ, ਬਹੁਤ ਧੰਨਵਾਦ।